ਭੈਣੋ ਅਤੇ ਬੱਚਿਓ ਮੈਂ ਅਸੀਂ ਲੁਧਿਆਣੇ ਦੀ ਬਾਰ ਵੱਲੋਂ ਜੋ ਕਿ ਪੰਜਾਬ ਦੀ ਸਾਰਿਆਂ ਨਾਲੋਂ ਵੱਡੀ ਬਾਰ ਹੈ ਜਿਸ ਵਿੱਚ ਲਗਭਗ 3000 ਤੋਂ ਵੱਧ ਵਕੀਲ ਹਨ ਅਤੇ ਉਹਨਾਂ ਦੇ ਨੁਮਾਇੰਦੇ ਵਜੋਂ ਅਸੀਂ ਤੁਹਾਡੇ ਵਿੱਚ ਆਏ ਹਾਂ। ਪਹਿਲੇ ਦਿਨ ਤੋਂ ਹੀ ਅਸੀਂ ਕਿਸਾਨ ਮੋਰਚੇ ਨੂੰ ਬੜੀ ਨੇੜੇ ਤੋਂ ਦੇਖ ਰਹੇ ਹਾਂ, ਵਾਚ ਕਰ ਰਹੇ ਹਾਂ, ਕਿਉਂਕਿ ਅਸੀਂ ਵਕੀਲ ਹੋਣ ਦੇ ਨਾਲ ਨਾਲ ਕਿਸਾਨਾਂ ਦੇ ਪੁੱਤਰ ਹਾਂ ਅਤੇ ਆਪ ਵੀ ਖੇਤੀ ਕਰਦੇ ਹਾਂ। ਅਸੀਂ 26 ਜਨਵਰੀ ਦੇ ਗੌਰਮੈਂਟ ਦੇ ਨੇ ਜੋ ਟੈਰਰ ਫੈਲਾਇਆ ਉਸ ਨੂੰ ਅਸੀਂ ਸਹਾਰ ਨਹੀਂ ਸਕੇ, ਇਸ ਕਰਕੇ ਅਸੀਂ ਇੱਥੇ ਆਉਣਾ ਜ਼ਰੂਰੀ ਸਮਝਿਆ। ਭਰਾਵੋ, ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਨੇ ਇਹ ਹਰ ਕਾਨੂੰਨ ਨੂੰ, ਕੰਸਟੀਟਿਊਸ਼ਨ ਨੂੰ ਅਤੇ ਹੋਰ UNO ਦੇ ਰੈਜ਼ੋਲਿਊਸ਼ਨਸ ਨੂੰ ਇੱਕ ਪਾਸੇ ਰੱਖ ਕੇ ਇਹਨਾਂ ਨੇ ਆਪਣੇ ਕਾਰਪੋਰੇਟ ਸੈਕਟਰ ਨੂੰ ਫਾਇਦਾ ਦੇਣ ਲਈ ਬਣਾਏ ਨੇ। ਕੰਸਟੀਟਿਊਸ਼ਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੈਗੀ ਖੇਤੀਬਾੜੀ ਦੇ ਉੱਤੇ ਸਿਰਫ ਅਤੇ ਸਿਰਫ ਸਟੇਟਾਂ ਹੀ ਕਾਨੂੰਨ ਬਣਾ ਸਕਦੀਆਂ ਨੇ। ਇਹਨਾਂ ਨੇ ਉਹ ਪ੍ਰੋਵੀਜ਼ਨ ਸੀ ਜਿਹੜੀ ਉਹਨੂੰ ਵਾਇਲੇਟ ਕਰਕੇ, ਉਹਦੀ ਉਲੰਘਣਾ ਕਰਕੇ ਇਹ ਕਾਨੂੰਨ ਬਣਾਇਆ। ਇਹ ਗੱਲ ਆ ਜਿਹੜੀ ਇਹ ਬਹੁਤ ਵਾਰ ਇੱਥੇ ਇਕੱਠਾਂ ਦੇ ਵਿੱਚ ਦੱਸੀ ਜਾ ਚੁੱਕੀ ਆ। ਇੱਕ ਮੈਂ ਤੁਹਾਨੂੰ ਹੋਰ ਨਵੀਂ ਚੀਜ਼ ਦੱਸਣੀ ਚਾਹੁੰਦਾ, ਇੱਕ ਯੂਨਾਈਟਿਡ ਨੇਸ਼ਨਸ ਔਰਗੇਨਾਈਜੇਸ਼ਨ ਆ ਜਿਹਨੂੰ ਆਪਾਂ ਛੋਟੀ UNO ਕਹਿ ਦਿੰਦੇ ਹਾਂ, ਮੈਂ ਉਹਦੇ ਰੈਜ਼ੋਲਿਊਸ਼ਨ ਦੀ ਕਾਪੀ ਇੱਥੇ ਨਾਲ ਲੈ ਕੇ ਆਇਆ। ਉਹਦੇ ਵਿੱਚ 28 ਸਤੰਬਰ 2018 ਨੂੰ ਕਿਸਾਨਾਂ ਲਈ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਸਾਰੇ ਲੋਕਾਂ ਲਈ ਇੱਕ ਰੈਜ਼ੋਲਿਊਸ਼ਨ ਪਾਸ ਹੋਇਆ ਸੀ। ਇਹ ਰੈਜ਼ੋਲਿਊਸ਼ਨ 6 ਸਾਲ ਦੀ ਮਿਹਨਤ ਤੋਂ ਬਾਅਦ ਪਾਸ ਹੋਇਆ ਸੀ, ਕਿਉਂਕਿ ਕਾਰਪੋਰੇਟ ਜਿਹੜਾ ਜਗਤ ਆ ਉਹਨਾਂ ਦਾ ਸਾਰੀ ਦੁਨੀਆ ਦੇ ਉੱਤੇ ਬਹੁਤ ਵੱਡਾ ਗ੍ਰਿਪ ਬਣੀ ਹੋਈ ਆ, ਉਹ ਇਹ ਕਾਨੂੰਨ ਨੂੰ ਪਾਸ ਨਹੀਂ ਹੋਣ ਦਿੰਦੇ ਸੀ। 6 ਸਾਲ ਦੀ ਜੱਦੋਜਹਿਦ ਤੋਂ ਬਾਅਦ ਇਹ ਕਾਨੂੰਨ ਪਾਸ ਹੋਇਆ ਜਿਹਦੇ ਵਿੱਚ ਕਿਸਾਨਾਂ ਦਾ, ਛੋਟੇ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਪਿੰਡਾਂ ਦੇ ਵਿੱਚ ਅਤੇ ਛੋਟੇ ਦੁਕਾਨਦਾਰਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਲਈ ਇਹ ਕਾਨੂੰਨ ਬਣਿਆ ਹੋਇਆ। ਉਹਨਾਂ ਦੀ ਹਿਊਮਨ ਰਾਈਟਸ, ਉਹਨਾਂ ਦੇ ਕੰਮ ਕਰਨ ਵਾਲੀਆਂ ਜਗਾਵਾਂ, ਉਹਨਾਂ ਦੇ ਸਾਰਿਆਂ ਦੇ ਵਿੱਚ ਉਹਨਾਂ ਨੂੰ ਸਪੈਸ਼ਲ ਰਾਈਟ ਦਿੱਤੇ ਨੇ। ਉਹਦੀ ਧਾਰਾ 10, 11 ਅਤੇ 12 ਦੇ ਵਿੱਚ ਇਹ ਸਾਫ਼ ਤੌਰ 'ਤੇ ਲਿਖਿਆ ਹੋਇਆ ਵੀ ਕੋਈ ਵੀ ਕਾਰਪੋਰੇਟ ਬੋਡੀ ਜਿਹੜਾ ਕੰਮ ਪਿੰਡਾਂ ਦੇ ਲੋਕ ਕਰ ਰਹੇ ਨੇ, ਛੋਟੇ ਦੁਕਾਨਦਾਰ ਕਰ ਰਹੇ ਨੇ, ਉਹਦੇ ਵਿੱਚ ਕੋਈ ਦਖਲ ਨਹੀਂ ਦਊਗਾ। ਇਹ ਉੱਥੇ ਦੁਕਾਨਾਂ ਨਹੀਂ ਆਪਣੀਆਂ ਵੱਡੀਆਂ ਖੋਲ੍ਹ ਸਕਦੇ, ਜਿਹੜਾ ਉਹ ਕਿੱਤਾ ਕਰ ਰਹੇ ਨੇ ਇਹ ਉਹ ਕਿੱਤਾ ਕਾਰਪੋਰੇਟ ਵਰਡ ਉੱਥੇ ਨਹੀਂ ਕਰ ਸਕੂਗਾ। ਇੱਕ ਧਾਰਾ 12 ਦੇ ਵਿੱਚ ਲਿਖਿਆ ਹੋਇਆ ਵੀ ਜੋ ਵੀ ਕਾਨੂੰਨ ਬਣਾਉਣਾ ਜੋ ਕਿ ਖੇਤੀਬਾੜੀ ਨਾਲ ਜਾਂ ਉੱਥੇ ਕੰਮ ਕਰਦੇ ਲੋਕਾਂ ਦੇ ਨਾਲ ਸੰਬੰਧਿਤ ਹੋਵੇ, ਉਹ ਬਣਾਉਣ ਤੋਂ ਪਹਿਲਾਂ ਇਹਨਾਂ ਦੀ, ਉੱਥੇ ਰਹਿੰਦੇ ਲੋਕਾਂ ਦੀ ਔਰ ਕੰਮ ਕਰਦੇ ਬੰਦਿਆਂ ਦੀ ਸਾਰੀ ਸਲਾਹ ਲਈ ਜਾਊਗੀ। ਉਹਨਾਂ ਨੂੰ ਪ੍ਰੋਪਰ ਤੌਰ 'ਤੇ ਪਹਿਲਾਂ ਦੱਸਿਆ ਜਾਊਗਾ ਵੀ ਇਹ ਕਾਨੂੰਨ ਬਣ ਲਿਆ, ਉਹਨਾਂ ਦੇ ਓਬਜੈਕਸ਼ਨਸ ਲੈ ਜਾਣਗੇ, ਉਦੋਂ ਬਾਅਦ ਇਹ ਫੈਸਲਾ ਹੋਊਗਾ ਵੀ ਇਹ ਬਣਾਉਣਾ ਕਿ ਨਹੀਂ। ਜੇ ਉਹ ਓਬਜੈਕਟ ਕਰਦੇ ਨੇ ਤਾਂ ਕਾਨੂੰਨ ਨਹੀਂ ਬਣੂਗਾ, ਉਹ ਕਦੇ ਨਹੀਂ ਬਣੂਗਾ। ਇਹਨਾਂ ਨੇ ਉਹਦੀ ਵਾਇਲੇਸ਼ਨ ਕੀਤੀ, ਇਹਨਾਂ ਨੇ ਕਾਰਪੋਰੇਟ ਨੂੰ ਪਿੰਡਾਂ 'ਚ ਵਾੜਤਾ, ਇਹਨਾਂ ਨੇ ਉੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਸ਼ਹਿਰਾਂ ਦੇ ਵਿੱਚ ਧੱਕਤਾ। ਤੁਹਾਨੂੰ ਪਤਾ ਹੋਊਗਾ 2018 ਦੇ ਵਿੱਚ, ਕਿਉਂਕਿ ਦੇਖੋ ਦੁਨੀਆ ਦੇ ਵਿੱਚ ਹੁਣ ਕਾਰਪੋਰੇਟ ਜਿਹੜਾ ਜਗਤ ਆ ਇਹਨੇ ਪੈਸੇ ਵਾਲੇ ਉਹ ਲੋਕ ਨੇ, ਇਹਨੇ ਸਾਰੇ ਲੀਡਰਸ਼ਿਪ ਸਾਰੇ ਦੁਨੀਆ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ, UNO ਆ, ਵਰਲਡ ਬੈਂਕ ਆ, ਉਹ ਸਾਰਿਆਂ ਦੇ ਉੱਤੇ ਇਹਨਾਂ ਦਾ ਗਲਬਾ ਪਿਆ ਹੋਇਆ। ਇਹਨਾਂ ਨੇ ਪ੍ਰੈਸ਼ਰ ਪਾ ਕੇ 2018 ਦੇ ਵਿੱਚ ਇਹ ਕਿਹਾ ਸੀ ਇੰਡੀਆ ਗੌਰਮੈਂਟ ਨੂੰ, ਤੁਸੀਂ 40 ਕਰੋੜ ਬੰਦਾ ਖੇਤੀਬਾੜੀ 'ਚੋਂ ਕੱਢ ਕੇ ਇੰਡਸਟਰੀ ਲਈ ਮਜ਼ਦੂਰ ਪੈਦਾ ਕਰੋ। ਤੁਸੀਂ ਹੁਣ ਉਹ ਦੱਸੋ ਵੀ ਜੇ ਖੇਤੀਬਾੜੀ ਨੂੰ ਇਹ ਘਾਟੇ ਵਾਲਾ ਸੌਦਾ ਕਰਨਗੇ ਤਾਂ ਹੀ ਇੱਥੋਂ ਲੋਕ ਛੱਡ ਕੇ ਜਾਣਗੇ। ਇਹਨਾਂ ਦੀ ਉਦੋਂ ਤੋਂ ਹੀ ਇਹ ਜ਼ੋਰ ਲੱਗਿਆ ਹੋਇਆ ਵੀ ਖੇਤੀਬਾੜੀ ਨੂੰ ਬਿਲਕੁਲ ਘਾਟੇ ਵਾਲਾ ਸੌਦਾ ਬਣਾਓ, ਇੱਥੋਂ ਲੋਕਾਂ ਨੂੰ ਕੱਢ ਕੇ ਇੰਡਸਟਰੀ ਦੇ ਵਿੱਚ ਮਜ਼ਦੂਰ ਬਣਾ ਕੇ ਭੇਜੋ। ਇਹ ਇਸੇ ਨੂੰ ਕਰਨ ਲਈ ਇਹਨਾਂ ਨੇ ਇਹ ਕਾਨੂੰਨ ਬਣਾਇਆ। ਇਹਨਾਂ ਨੇ ਇਸ ਰੈਜ਼ੋਲਿਊਸ਼ਨ ਦੇ ਵਿੱਚ ਇਹ ਵੀ ਪਾਸ ਕੀਤਾ ਗਿਆ ਵੀ ਤੁਸੀਂ ਉਹਨਾਂ ਲਈ ਮੰਡੀਆਂ ਦਾ ਇੰਤਜ਼ਾਮ ਉਹਨਾਂ ਦੇ ਨੇੜੇ ਤੋਂ ਨੇੜੇ ਕਰਨਾ। ਇਹਨਾਂ ਨੇ ਕੀ ਕੀਤਾ, ਮੰਡੀਆਂ ਖਤਮ ਕਰਤੀਆਂ। ਤੁਹਾਡਾ ਮੰਡੀ ਸਿਸਟਮ ਤੁਹਾਡਾ, ਮੇਰੇ ਤੋਂ ਗਲਤੀ ਹੋ ਗਈ, ਆਪਣਾ, ਕਿਉਂਕਿ ਮੈਂ ਵੀ ਕਿਸਾਨ ਹਾਂ, ਸਾਰੇ ਵਕੀਲ ਸਾਰੇ ਸਾਡੇ ਕਿਸਾਨ ਨੇ, ਆਪਣਾ ਮੰਡੀ ਸਿਸਟਮ ਇਹਨਾਂ ਨੇ ਬਿਲਕੁਲ ਖਤਮ ਕਰਤਾ ਅਤੇ ਇਹ ਟੋਟਲ ਵਾਇਲੇਸ਼ਨਸ ਕਰੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਿੰਦਾ,
ਇਹ ਜਿਹੜੇ ਗਵਰਨਮੈਂਟ ਆ ਮੋਦੀ ਆ ਸ਼ਾਹ ਇਹ ਬਿਲਕੁਲ ਅਨਪੜ੍ਹ ਬੰਦੇ ਨੇ। ਇਹ ਕੋਈ ਕਲਾਸ ਨਹੀਂ ਪੜ੍ਹੇ ਹੋਏ, ਕੋਈ ਜਮਾਤ ਨਹੀਂ ਪੜ੍ਹੇ ਹੋਏ, ਕਿਸੇ ਸਕੂਲ 'ਚ ਨਹੀਂ ਗਏ। ਇਹਨਾਂ ਲੋਕਾਂ ਨੇ ਇੱਕ ਪਾਸੇ ਬੈਠੇ ਨੇ, ਇਹਨਾਂ ਦੇ ਜਿਹੜੇ ਇੰਡਸਟਰੀਲਿਸਟ ਨੇ, ਉਹਨਾਂ ਦੇ ਜਿਹੜੇ ਪੇਡ ਮੁਲਾਜ਼ਮ ਨੇ, ਉਹਨਾਂ ਨੇ ਅਫਸਰਸ਼ਾਹੀ ਨੂੰ ਪੈਸੇ ਦੇ ਕੇ ਇਹ ਕਾਨੂੰਨ ਬਣਾਏ ਨੇ। ਇਹਨਾਂ ਨੇ ਬਿਲਕੁਲ ਨਹੀਂ ਪੜ੍ਹੇ। ਜਦੋਂ ਸਾਡੀਆਂ ਸਿਆਣੀਆਂ ਜਥੇਬੰਦੀਆਂ ਉਹਨਾਂ ਨਾਲ ਜਾ ਕੇ ਗੱਲ ਕਰਨ ਲੱਗੀਆਂ, ਉਹਨਾਂ ਨੇ ਦੱਸਿਆ ਵੀ ਆਹ ਤੁਸੀਂ ਕੀ ਬਣਾਤਾ, ਇਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਵੀ ਹੈ ਸਭ ਤੋਂ ਕੀ ਬਣ ਗਿਆ। ਇਹਨਾਂ ਨੂੰ ਇਹਨਾਂ ਨੂੰ ਭੱਜਣ ਲਈ ਰਾਹ ਨਹੀਂ ਲੱਭਿਆ। ਇਸੇ ਲਈ ਇਹਨਾਂ ਨੇ ਕਿਹਾ ਵੀ ਜਿਹੜਾ ਕੁਛ ਸਾਤੋਂ ਗਲਤੀਆਂ ਹੋ ਗਈਆਂ ਅਸੀਂ ਅਮੈਂਡ ਕਰ ਦਿੰਦੇ ਹਾਂ, ਪਰ ਸਾਡਾ ਇਹ ਡੱਬਾ ਜਿਹਾ ਰਹਿਣ ਦਿਓ। ਇਸ ਕਰਕੇ ਭਰਾਵੋ ਤੁਸੀਂ ਬਹੁਤ ਵਧੀਆ ਪੰਜਾਬ ਦਾ, ਹਰਿਆਣੇ ਦਾ ਅਤੇ ਰਾਜਸਥਾਨ ਦਾ ਅਤੇ ਯੂਪੀ ਦਾ ਜਿਹੜਾ ਕਿਸਾਨ ਉੱਠਿਆ ਇਹ ਬਹੁਤ ਵਧੀਆ ਕਰਨ, ਆਪਣੀਆਂ ਪੁਸ਼ਤਾਂ ਇਸ ਗੱਲ ਨੂੰ ਯਾਦ ਰੱਖਣਗੀਆਂ। ਜੇ ਅਸੀਂ ਅੱਜ ਇਸ ਮਸਲੇ ਤੋਂ ਪਿੱਛੇ ਹਟ ਗਏ ਸਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਹੈਗਾ। ਦੂਜੀ ਗੱਲ ਮੈਂ ਇੱਕ ਤੁਹਾਨੂੰ ਹੋਰ ਚਾਨਣ ਕਰ ਦੇਣੀ ਚਾਹੁੰਦਾ। ਦੇਖੋ ਜਿਹੜੀ ਆਪਣੀਆਂ ਜਥੇਬੰਦੀਆਂ ਨੇ ਜੋ ਆਪਾਂ ਨੂੰ ਲੀਡ ਕਰਦੀਆਂ ਨੇ, ਉਦੋਂ ਸਿਆਣੀਆਂ ਜਥੇਬੰਦੀਆਂ ਤੁਸੀਂ ਦੁਨੀਆ ਦਾ ਇਤਿਹਾਸ ਪੜ੍ਹ ਲਓ ਅੱਜ ਤੱਕ ਕਦੇ ਨਹੀਂ ਆਈਆਂ। ਇਸ ਕਰਕੇ ਅੱਖਾਂ ਬੰਦ ਕਰਕੇ ਉਹਨਾਂ ਦੇ ਮਗਰ ਚਲੇ ਚੱਲੋ ਅਤੇ ਉਹਨਾਂ ਦੇ ਫੈਸਲੇ 'ਤੇ ਫੁੱਲ ਚੜ੍ਹਾਓ। ਉਹ ਤੁਹਾਡੇ ਖਿਲਾਫ਼ ਕੁਛ ਨਹੀਂ ਕਰਨਗੇ, ਤੁਹਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ। ਸਾਨੂੰ ਵਿਸ਼ਵਾਸ ਆ, ਅਸੀਂ ਉੱਥੇ ਬੈਠੇ ਇਹ ਗੱਲ ਹਰ ਰੋਜ਼ ਦੇਖਦੇ ਹਾਂ, ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਬਹੁਤ ਸਾਰੇ ਲੀਡਰਾਂ ਨੂੰ ਪਰਸਨਲੀ ਜਾਣਦੇ ਹਾਂ। ਉਹ ਬਹੁਤ ਅੱਛੇ ਬੰਦੇ ਨੇ, ਸਿਆਣੇ। ਅੱਜ ਤੱਕ ਦੁਨੀਆ ਦੀ ਕੋਈ ਐਜੀਟੇਸ਼ਨ ਇੰਨੇ ਚੰਗੇ ਤਰੀਕੇ ਨਾਲ ਨਹੀਂ ਲੀਡ ਹੋਈ। ਜੇ ਆਪਾਂ ਜਿੱਤ ਜਾਵਾਂਗੇ, ਜੋ ਕਿ ਆਪਾਂ ਜਿੱਤਾਂਗੇ ਹੀ, ਦੁਨੀਆ ਦਾ ਹਰ ਦੇਸ਼ ਆਪਾਂ ਨੂੰ ਯਾਦ ਰੱਖੂਗਾ। ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ, ਅਮਰੀਕਾ ਦੇ ਵਿੱਚ ਬਹੁਤ ਕਿਸਾਨ ਖਤਮ ਹੋ ਗਏ। ਯੂਰਪ ਦੇ ਵਿੱਚ ਆਪਣੇ ਬੱਚੇ ਇਟਲੀ ਜਾਂਦੇ ਨੇ, ਬਹੁਤ ਲੋਕਾਂ ਨੂੰ ਪਤਾ, ਉੱਥੇ ਪਿੰਡਾਂ ਦੇ ਪਿੰਡ ਖਾਲੀ ਪਏ ਨੇ। ਉਹ ਕਹਿੰਦੇ ਨੇ ਜੀ ਉੱਥੇ ਕੋਈ ਫਾਰਮਰ ਨਹੀਂ, ਪਿੰਡਾਂ ਦੇ ਪਿੰਡ ਖਾਲੀ। ਯੂਰਪ ਦੇ ਵਿੱਚ ਇਹ ਕਾਨੂੰਨ ਪਹਿਲਾਂ ਬਣ ਗਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਸਾਡੇ ਨਾਲ ਕੀ ਹੋ ਗਿਆ। ਮੈਂ ਕਹਿੰਦਾ ਅਸੀਂ ਯੂਰਪ ਨੂੰ ਆਪਾਂ ਅੰਗਰੇਜ਼ਾਂ ਨੂੰ ਸਿਆਣੇ ਸਮਝਦੇ ਹਾਂ, ਆਪਾਂ ਉਦੋਂ ਬਹੁਤ ਸਿਆਣੇ ਹਾਂ ਜਿਨ੍ਹਾਂ ਨੇ ਆਪਾਂ ਇੱਕਦਮ ਇਹ ਕਾਨੂੰਨ ਫੜ ਲਏ ਵੀ ਹੈ ਤੁਸੀਂ ਇਹ ਕੀ ਬਣਾਇਆ, ਅਤੇ ਉਹਨਾਂ ਨੂੰ ਖਾਰਜ ਕਰਨ ਦੇ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ। ਤੁਹਾਡੇ ਸੰਘਰਸ਼ ਨੂੰ ਸਾਰੀ ਦੁਨੀਆ ਯਾਦ ਰੱਖੂਗੀ ਅਤੇ ਸਾਰੀ ਦੁਨੀਆ ਦੇ ਕਿਸਾਨ ਤੁਹਾਡੇ ਸਹਿਨਮੰਦ ਹੋਣਗੇ। ਅੱਜ ਕੱਲ੍ਹ ਪਰਸੋਂ ਦੀ ਗੱਲ ਆ, ਪਰਸੋਂ ਇੱਕ ਲੜਕੀ ਬੜੀ ਵੱਡੀ ਆਰਟਿਸਟ ਆ, ਉਹਦਾ 10 ਕਰੋੜ ਬੰਦਾ ਉਹਦਾ ਫਾਲੋਅਰ ਆ, 10 ਕਰੋੜ ਕਹਿਣਾ ਸੌਖਾ ਉਹਦਾ ਫਾਲੋਅਰ ਆ। ਉਹਨੇ ਇਸ ਜਥੇਬੰਦੀ ਦੇ ਉਹ ਹੱਕ 'ਚ ਖੜੀ ਆ ਅਤੇ ਗੌਰਮੈਂਟ ਦੇ ਖਿਲਾਫ਼ ਬੋਲੀ ਆ। ਉਦੋਂ ਬਾਅਦ ਦੁਨੀਆ ਦੀਆਂ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਜੋ ਕਿ ਆਰਟਿਸਟ ਨੇ, ਜੋ ਹੋਰ ਖੇਤਰਾਂ ਦੇ ਵਿੱਚ ਕੰਮ ਕਰਦੇ ਨੇ, ਆਪਣੇ ਹੱਕ 'ਚ ਆ ਕੇ ਬੋਲਣ ਲੱਗੇ ਨੇ, ਔਰ ਦੁਨੀਆ ਨੂੰ ਪਤਾ ਲੱਗਣ ਲੱਗਿਆ। ਦੇਖੋ ਦੁਨੀਆ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਈ ਵਾਰੀ, ਆਪਾਂ ਇੱਥੇ ਕੁਛ ਕਰੀ ਜਾਈਏ ਕਿਉਂਕਿ ਸਾਰੀ ਪ੍ਰੈਸ ਤਾਂ ਆਪਣੇ ਖਿਲਾਫ਼ ਆ। ਕੋਈ ਵੀ ਪ੍ਰੈਸ ਆਪਣੇ ਹੱਕ 'ਚ ਨਹੀਂ। ਜਿਹੜੇ ਪੰਜਾਬੀ ਦੇ 2-3 ਚੈਨਲ ਇੱਥੇ ਆਉਂਦੇ ਨੇ, ਜੇ ਉਹਨਾਂ ਨੂੰ ਧਿਆਨ ਨਾਲ ਦੇਖੋ, ਉਹ ਜਿੱਦਣ ਤੁਸੀਂ ਮਾੜੇ ਜਿਹੇ ਡਾਊਨ ਹੁੰਦੇ ਹੋ ਜਾਂ ਆਪਣੇ ਨਾਲ ਕੁਛ ਹੁੰਦਾ, ਉਹਨੂੰ ਇੱਕਦਮ ਬਾਜੇ ਵਜਾਉਂਦੇ ਨੇ, ਉਹ ਢੋਲਕੀਆਂ ਵਜਾਉਂਦੇ ਨੇ। ਉਹ ਵੀ ਤੁਹਾਡੇ ਖਿਲਾਫ਼ ਨੇ, ਉਹਨਾਂ ਨੂੰ ਤਾਂ ਆਪਦਾ ਚੈਨਲ ਚੱਲਦਾ ਰੱਖਣ ਖਾਤਰ ਤੁਹਾਡੀਆਂ ਖਬਰਾਂ ਲਾਉਣੀਆਂ ਪੈਂਦੀਆਂ ਨੇ। ਇਸ ਕਰਕੇ ਕੋਈ ਆਪਣੇ ਹੱਕ 'ਚ ਨਹੀਂ। ਆਪਣੇ ਜਿਹੜੇ ਇੱਥੇ ਲੋਕਲ ਪੇਪਰ ਨੇ, ਸੋਸ਼ਲ ਮੀਡੀਆ ਹੈਗਾ, ਉਹ ਸਾਰਾ ਆਪਾਂ ਨੂੰ ਪ੍ਰੋਜੈਕਟ ਕਰ ਰਿਹਾ, ਉਹ ਦੁਨੀਆ ਦੇ ਵਿੱਚ ਦੱਸ ਰਿਹਾ, ਔਰ ਸਾਰੀ ਦੁਨੀਆ ਨੂੰ ਆਪਣੀ ਐਜੀਟੇਸ਼ਨ ਦਾ ਪਤਾ ਲੱਗ ਗਿਆ। 10 ਕਰੋੜ ਬੰਦੇ ਦੀ ਫਾਲੋਇੰਗ ਵਾਲੀ ਇੱਕ ਗਾਇਕਾ ਜੇ ਤੁਹਾਡੇ ਹੱਕ 'ਚ ਟਵੀਟ ਕਰਦੀ ਆ, ਇਹ ਇੱਕ ਬਹੁਤ ਬਿਗ ਥਿੰਗ ਆ। ਇਸ ਕਰਕੇ ਭਰਾਵੋ, ਮੈਂ ਗੱਲਾਂ ਕਰਨ ਵਾਲੀਆਂ ਬਹੁਤ ਨੇ, ਬਹੁਤ ਗੱਲਾਂ ਨੇ, ਪਰ ਮੈਂ ਪ੍ਰਬੰਧਕਾਂ ਦਾ ਟਾਈਮ ਦੀ ਬੰਦਿਸ਼ ਆ, ਇਸ ਕਰਕੇ ਮੈਂ ਤਾਂ ਇੱਕ ਹੀ ਗੱਲ ਫਿਰ ਤੁਹਾਨੂੰ ਦੁਬਾਰਾ ਕਹਿਣੀ ਆ, ਦੇਖਿਓ ਕਿਤੇ ਲੀਡਰਸ਼ਿਪ ਦੇ ਮਗਰੋਂ ਖੁੰਝ ਜਮੋ। ਲੀਡਰਸ਼ਿਪ ਦੇ ਪਿੱਛੇ ਤੁਸੀਂ ਅੱਖਾਂ ਮੀਚ ਕੇ ਵਿਸ਼ਵਾਸ ਬਣਾਈ ਰੱਖੋ। ਦੂਜੀ ਗੱਲ, ਕਈ ਵਾਰੀ ਉਹ ਕਹਿੰਦੇ ਹੁੰਦੇ ਨੇ ਵੀ ਮਾੜੀ ਗੱਲ ਵੀ ਆਪਣੇ ਫਾਇਦੇ 'ਚ ਹੋ ਜਾਂਦੀ ਆ। 26 ਜਨਵਰੀ ਵਾਲਾ ਗੌਰਮੈਂਟ ਨੇ ਕੰਮ ਕਰਿਆ, ਔਰ ਜਿਹੜਾ ਕੱਖ ਕਾਨ ਸੀ, ਤੁਸੀਂ ਤਾਂ ਆਪਾਂ ਤਾਂ ਫਸਲਾਂ ਰੋਜ਼ ਬੀਜਦੇ ਹਾਂ, ਉਹਦੀ ਗੋਡੀ ਹੋ ਗਈ, ਉੱਥੋਂ ਸਾਰੀ ਵਿਗੜ, ਸਾਰਾ ਗੁੱਲੀ ਡੰਡਾ ਸਭ ਨਿਕਲ ਗਿਆ। ਹੁਣ ਫਸਲ ਨਰੋਲ ਵੱਢਾਂਗੇ ਔਰ ਅਵਸ਼ ਵੱਢਾਂਗੇ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ